ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਪ੍ਰਯੋਗ ਦੱਸਣ ਜਾ ਰਿਹਾ ਹਾਂ ਜਿਸ ਦੇ ਵਿੱਚ ਤੁਸੀਂ ਘਰ ਬੈਠੇ ਹੀ ਆਪਣੇ ਪੂਰੇ ਸਰੀਰ ਦੀ ਜਾਂਚ ਕਰ ਸਕਦੇ ਹੋ, ਉਹ ਵੀ ਇੱਕ ਚਮਚ ਦੀ ਮਦਦ ਦੇ ਨਾਲ। ਜੀ ਹਾਂ ਦੋਸਤੋ, ਤੁਸੀਂ ਸਹੀ ਸੁਣਿਆ, ਇਹ ਚਮਚ ਦੀ ਮਦਦ ਨਾਲ ਤੁਸੀਂ ਜਾਣ ਸਕੋਗੇ ਆਪਣੇ ਸਵਾਸਥ ਦੇ ਬਾਰੇ ਦੇ ਵਿੱਚ, ਅਤੇ ਤੁਹਾਨੂੰ ਕਿਹੜਾ ਰੋਗ ਹੈ ਇਹ ਵੀ ਘਰ ਬੈਠੇ ਹੀ ਪਤਾ ਲੱਗ ਜਾਵੇਗਾ। ਤਾਂ ਦੋਸਤੋ, ਆਈਏ ਜਾਣ ਲਵੋ ਕਿ ਤੁਸੀਂ ਕਿਵੇਂ ਪ੍ਰਯੋਗ ਕਰਨਾ ਹੈ। ਸਭ ਤੋਂ ਪਹਿਲਾਂ ਇੱਕ ਚਮਚ ਲਵੋ ਅਤੇ ਚਮਚ ਦੇ ਬਾਹਰਲੇ ਭਾਗ ਨੂੰ ਜੀਭ ਨਾਲ ਰਗੜੋ, ਜੀਭ ਦੇ ਨਾਲ ਸੰਪਰਕ ਕਰੋ। ਫਿਰ ਤੁਸੀਂ ਉਸ ਚਮਚ ਨੂੰ ਕਿਸੇ ਸਾਫ਼ ਪੋਲੀਥੀਨ ਦੇ ਵਿੱਚ ਪਾ ਦਵੋ ਅਤੇ ਉਸ ਪੈਕਟ ਨੂੰ ਚੰਗੀ ਤਰ੍ਹਾਂ ਨਾਲ ਬੰਦ ਕਰ ਦਵੋ। ਹੁਣ ਤੁਸੀਂ ਉਸਨੂੰ ਰੋਸ਼ਨੀ ਦੇ ਥੱਲੇ ਲਿਆ ਕੇ ਰੱਖ ਦਵੋ। 1 ਮਿੰਟ ਦੇ ਬਾਅਦ ਚਮਚ ਨੂੰ ਚੈੱਕ ਕਰੋ। ਜੇ ਚਮਚ ਬਿਲਕੁਲ ਸਾਫ਼ ਹੈ, ਮਤਲਬ ਉਸਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਕੋਈ ਦਾਗ ਧੱਬੇ ਨਹੀਂ ਹਨ ਅਤੇ ਉਸਦੇ ਆਸ ਪਾਸ ਬਦਬੂ ਨਹੀਂ ਆ ਰਹੀ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਸਵਸਥ ਹੋ। ਜੇ ਉਸਦੇ ਵਿੱਚੋਂ ਤੇਜ਼ ਦੁਰਗੰਧ ਜਾਂ ਬਦਬੂ ਆ ਰਹੀ ਹੈ, ਤਾਂ ਤੁਹਾਨੂੰ ਪੇਟ ਜਾਂ ਫੇਫੜਿਆਂ ਦੀ ਦਿੱਕਤ ਹੈ, ਅਤੇ ਜੇ ਉਸਦੇ ਵਿੱਚ ਸੁਗੰਧਿਤ ਗੰਧ ਆ ਰਹੀ ਹੈ ਤਾਂ ਤੁਹਾਨੂੰ ਡਾਇਬੀਟੀਜ਼ ਹੋ ਸਕਦੀ ਹੈ, ਅਤੇ ਜੇ ਉਸਦੇ ਵਿੱਚ ਅਮੋਨੀਆ ਦੀ ਮਹਿਕ ਆ ਰਹੀ ਹੈ ਤਾਂ ਤੁਹਾਨੂੰ ਕਿਡਨੀ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹਨ। ਜੇ ਚਮਚ ਦੇ ਉੱਤੇ ਸਫੇਦ ਜਾਂ ਪੀਲੇ ਰੰਗ ਦੇ ਧੱਬੇ ਹਨ ਤਾਂ ਤੁਹਾਡੀ ਥਾਇਰਾਇਡ ਗ੍ਰੰਥੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਜੇ ਚਮਚ ਦੇ ਉੱਤੇ ਬੈਂਗਣੀ ਰੰਗ ਦੇ ਧੱਬੇ ਹਨ ਤਾਂ ਬ੍ਰੋਂਕਾਈਟਿਸ, ਖਰਾਬ ਰਕਤ ਸੰਚਾਰ ਅਤੇ ਤੁਹਾਨੂੰ ਵਧੇ ਹੋਏ ਕੋਲੈਸਟ੍ਰੋਲ ਦੀ ਸਮੱਸਿਆ ਹੈ। ਜੇ ਚਮਚ ਦੇ ਉੱਤੇ ਸਫੇਦ ਰੰਗ ਦੇ ਧੱਬੇ ਹਨ ਤਾਂ ਤੁਹਾਨੂੰ ਰੈਸਪੀਰੇਟਰੀ ਇਨਫੈਕਸ਼ਨ ਹੈ, ਅਤੇ ਜੇ ਚਮਚ ਦੇ ਉੱਤੇ ਨਾਰੰਗੀ ਰੰਗ ਦੇ ਧੱਬੇ ਹਨ ਤਾਂ ਤੁਹਾਨੂੰ ਕਿਡਨੀ ਨਾਲ ਜੁੜੀ ਹੋਈ ਕੋਈ ਸਮੱਸਿਆ ਹੈ। ਤਾਂ ਤੁਸੀਂ ਆਪਣੇ ਸਰੀਰ ਦੇ ਬਾਰੇ ਦੇ ਵਿੱਚ ਘਰ ਦੇ ਵਿੱਚ ਹੀ ਪਤਾ ਕਰਕੇ ਆਪਣੇ ਡਾਕਟਰ ਨਾਲ ਸੰਪਰਕ ਕਰੋ ਅਤੇ ਆਪਣੇ ਸਰੀਰ ਦੀ ਜਾਂਚ ਕਰਾਓ, ਕਿਉਂਕਿ ਦੋਸਤੋ, ਜਾਨ ਹੈ ਤਾਂ ਜਹਾਨ ਹੈ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ, ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।